ਕਿ ਮੈਨੂੰ ਬਹੁਤ ਖੁਸ਼ੀ ਹੋਈ ਆ ਜੋ ਵੀ ਤੁਸੀਂ ਇੱਦਾਂ ਵਧੀਆ ਇੰਤਜ਼ਾਮ ਕੀਤਾ ਔਰ ਡਿਸਿਪਲਿਨ ਦੇ ਵਿੱਚ ਰਹੇ ਔਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਹਾਂ ਵੀ ਜੇ ਰਾਜਵਾਲ ਨੇ ਕੰਮ ਨਾ ਕੀਤਾ ਹੁੰਦਾ ਬਾਦਲ ਸਰਕਾਰ ਕਦੇ ਕੁਰਸੀਆਂ ਤੇ ਨਾ ਬੈਠ ਆਪਾਂ ਹਮੇਸ਼ਾ ਉਹਨਾਂ ਨੂੰ ਸਪੋਰਟ ਕਰਦੇ ਆਏ ਅੱਜ ਤੱਕ ਕਰਦੇ ਆਏ ਪਰ ਉਹਨਾਂ ਨੇ ਸਾਡੇ ਲਈ ਕੀ ਕੀਤਾ 17 ਸਾਲ ਹੋ ਗਏ ਇਸ ਮੁੰਡੇ ਨੂੰ ਕਾਲ ਕੋਠੀਆਂ ਦੇ ਵਿੱਚ ਔਰ ਇਹਨੂੰ ਨਹੀਂ ਔਰ ਇਹਦਾ ਖਿਆਲ ਆ ਵੀ ਸਾਡੇ 10,000 ਬੰਦਾ ਆ ਜਿਹੜਾ 84 ਦੇ ਬਾਅਦ ਜੇਲ੍ਹਾਂ ਦੇ ਵਿੱਚ ਲੱਗਿਆ ਹੋਇਆ ਅੱਜ ਤੱਕ ਉਹਨੇ ਕਿਸੇ ਨੇ ਸਾਥ ਨਹੀਂ ਦਿੱਤਾ ਔਰ ਜੋ ਵੀ ਤੁਸੀਂ ਅਰਦਾਸ ਭੇਜਣੀ ਆ ਇਹਨਾਂ ਦੇ ਪਰਿਵਾਰਾਂ ਨੂੰ ਭੇਜੋ ਉਹਨਾਂ ਦਾ ਬਹੁਤ ਬੁਰਾ ਹਾਲ ਆ ਨਾ ਉਹਨਾਂ ਨੂੰ ਕੋਈ ਲੜਾਈ ਲੜਦਾ ਨਾ ਉਹਨਾਂ ਦਾ ਕੋਈ ਸਾਥ ਮਿਲਦਾ ਸੋ ਜਿੰਨੀ ਵੀ ਹੋ ਸਕਦੀ ਆ ਥੋੜ੍ਹੀ ਬਹੁਤੀ ਜਿਹੜਾ ਵੀ ਜਾਂਦਾ ਉਹ ਆਪ ਹਸਤੀ ਦੇ ਕੇ ਆਵੇ ਕਿਸੇ ਦੇ ਹੱਥ ਨਾ ਭੇਜੋ ਔਰ ਜੇ ਲੜਾਈ ਹੁਣ ਅਸੀਂ ਵਿੱਚ ਛੱਡ ਦਿੱਤੀ ਇਹ ਸਾਡੇ ਵਿੱਚ ਹੀ ਰਹਿ ਜਾਣੀ ਹੁਣ ਬਿਲਕੁਲ ਕਾਬੂ ਆਈ ਹੋਈ ਆ ਗੌਰਮੈਂਟ ਹੁਣ ਇਹਨੂੰ ਛੱਡਣਾ ਨਹੀਂ ਜਿੰਨਾ ਚਿਰ ਇਹਨਾਂ ਨੂੰ ਛੱਡ ਕੇ ਬਿਨਾਂ ਸ਼ਰਤ ਰਿਹਾ ਕਰਨ ਕੋਈ ਸ਼ਰਤ ਨਹੀਂ ਰੱਖਣੀ ਨਾ ਅਸੀਂ ਇਹ ਮੰਨਣਾ ਵੀ ਇਹਨੂੰ ਇਸ ਬੰਦੇ ਨੂੰ ਉਹ ਕਹਿੰਦੇ ਆ ਵੀ ਅਸੀਂ ਹੁਣ ਉਮਰ ਕੈਦ ਬਦਲ ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂ ਵੀ ਮੈਨੂੰ ਦੇਖ ਕੇ ਬੜੀ ਖੁਸ਼ੀ ਹੋਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਮੈਂ ਸਮੂਹ ਆਪਣੇ ਵੀਰਾਂ ਦਾ ਆਪਣੀਆਂ ਮਾਤਾਵਾਂ ਭੈਣਾਂ ਬੱਚੀਆਂ ਦਾ ਅੱਜ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਣੇ ਟਾਈਮ ਤੋਂ ਟਾਈਮ ਕੱਢ ਕੇ ਇਸ ਥਾਂ 'ਤੇ ਆ ਕੇ ਇਹ ਸਰਦਾਰ ਸੂਰਮੇ ਵੀਰ ਬਹਾਦਰ ਦੇ ਵਾਸਤੇ ਇੱਥੇ ਪਹੁੰਚ ਕੇ ਇਹਨਾਂ ਨੂੰ ਦੱਸ ਦਿੱਤਾ ਕਿ ਖਾਲਸਾ ਖਾਲਸਾ ਹੈ ਖਾਲਸਾ ਕੱਲਾ ਹੀ ਨਹੀਂ ਹੈਗਾ ਪਿਆਰੀ ਸਾਧ ਸੰਗਤ ਜੀ ਦਾਸ ਸੁਣਦਾ ਹੈ ਕਿ ਅਸੀਂ ਇੰਡੀਆ ਦੇ ਵਿੱਚ ਮਨੋਰਟੀ ਨਹੀਂ ਪਿਆਰੀ ਸਾਧ ਸੰਗਤ ਜੀ ਦਾਸ ਇਹ ਤੁਹਾਨੂੰ ਤੁਹਾਡੇ ਸਾਹਮਣੇ ਅੱਜ ਦੱਸ ਦਿੰਦਾ ਅਸੀਂ ਮਨੋਰਟੀ ਨਹੀਂ ਹੈਗੇ ਬੋਲੇ ਖਾਲਸਾ ਪੰਥ ਮਨੋਰਟੀ ਨਹੀਂ ਹੈਗੇ ਤੁਸੀਂ ਸਾਰੇ ਜਾਣਦੇ ਹੋ ਤੁਸੀਂ ਇਸ ਚੀਜ਼ ਨੂੰ ਸਾਰੇ ਜਾਣਦੇ ਹੋ ਸਾਡੇ ਦਸਮ ਪਿਤਾ ਨੇ ਗੁਰੂ ਗੋਬਿੰਦ ਸਿੰਘ ਨੇ ਕੀ ਕਿਹਾ ਸੀ 1,25,000 ਸੇ ਇੱਕ ਲੜਾਉਂ ਭਗਤ ਗੋਬਿੰਦ ਸਿੰਘ ਨਾਮ ਦਾ ਬੋਲੋ ਸੋ ਜੋ ਜੀ ਸੱਜਣ ਜੀ ਤੁਹਾਡੇ ਸਾਹਮਣੇ ਅੱਜ ਇਸ ਵੀਰ ਜੋਧੇ ਨੇ ਪ੍ਰੂਫ ਕਰ ਦਿੱਤਾ ਇੱਕ ਬੰਦੇ ਨੇ ਸਾਰੀ ਸੰਗਤ ਨੂੰ ਕਟਾ ਇੱਕ ਬੰਦੇ ਪੂਰੇ ਹਿੰਦੁਸਤਾਨ ਦੀ ਗਵਰਨਮੈਂਟ ਨੇ ਨਾਲ ਮੱਥਾ ਲਾ ਅਸੀਂ ਕਿਧਰੋਂ ਮਨੋਰਟੀ ਆ ਗਿਆ ਦੱਸੋ ਮਿਨੋਰਟੀ ਨੀ ਹੈਗੇ ਹਾਂ ਸਾਡੇ ਵਿੱਚ ਇਹ ਚਾਹੀਦਾ ਸਾਨੂੰ ਇੱਕ ਮੁੱਠ ਬਣਨਾ ਪਏਗਾ ਇੰਡੀਆ ਗਵਰਨਮੈਂਟ ਨੂੰ ਮਜਬੂਰ ਕਰ ਦਿੱਤਾ ਕਿ ਅਸੀਂ ਹਾਂ ਸਾਰੇ ਦੁਨੀਆਂ ਦੇ ਵਿੱਚ ਸਿੰਘ ਹੈ ਖਾਲਸਾ ਮੈਂ ਪਿਆਰੀ ਸਾਧ ਸੰਗਤ ਜੀ ਇੱਕ ਦੋ ਬੋਲਾਂਗਾ ਮੈਨੂੰ ਉਮੀਦ ਹੈ ਕਿ ਤੁਸੀਂ ਜ਼ਰੂਰ ਮੇਰਾ ਦੇਗਾ ਉਹ ਜੋ ਲੜਾ ਦੀਨ ਗਏ ਹੈ ਸੋਈ ਸੂਰਾ ਸੋਈ
ਕਰਦਾ ਵਾ ਦੋਵੇਂ ਹੱਥ ਜੋੜ ਕੇ ਸਾਰਾ ਦਿੰਦਾ ਭਾਈ ਬਲਵੰਤ ਸਿੰਘ ਜੀ ਰਾਜੂ So all the young people here, this is always going to happen.